ਮਹਾਰਾਸ਼ਟਰ ਦੇ ਸਕੂਲਾਂ ਦੀ ਕੈਂਟੀਨ ਵਿੱਚ ਹੁਣ ਪੀਜ਼ਾ, ਬਰਗਰ, ਨੂਡਲਸ, ਚਿਪਸ ਅਤੇ ਕੇਕ ਵਰਗੇ ਜੰਕ ਫੂਡ ਖਾਣ ਨੂੰ ਨਹੀਂ ਮਿਲਣਗੇ। ਇਹਨਾਂ ਦੀ ਥਾਂ ਤੇ ਹੁਣ ਪਰੌਂਠਾ, ਇਡਲੀ ਵੜਾ ਅਤੇ ਵੈਜੀਟੇਬਲ ਖਿਚੜੀ ਵਰਗੇ ਖੁਰਾਕ ਪਦਾਰਥ ਮਿਲਿਆ ਕਰਨਗੇ। ਸੂਬਾ ਸਰਕਾਰ ਨੇ ਸਕੂਲ ਕੈਂਟੀਨਾਂ ਦੇ ਵਿੱਚ ਜੰਕ ਫੂਡ ਦੀ ਵਿਕਰੀ ਤੇ ਪਾਬੰਦੀ ਲਗਾ ਦਿੱਤੀ ਏ। ਸਿੱਖਿਆ ਵਿਭਾਗ ਵੱਲੋਂ ਜਾਰੀ ਕੀਤੇ ਗਏ ਨਿਰਦੇਸ਼ ਵਿੱਚ ਜੰਕ ਫੂਡ ਤੇ ਰੋਕ ਲਗਾਉਣ ਦੇ ਨਾਲ ਹੀ ਬੱਚਿਆਂ ਦੀ ਸਿਹਤ ਨੂੰ ਯਕੀਨੀ ਕਰਨ ਦੀ ਗੱਲ ਆਖੀ ਗਈ ਏ। ਸਕੂਲ ਕੈਂਟੀਨਾਂ ਵਿੱਚ ਹੁਣ ਵੱਧ ਰਹੇ ਫੈਟ, ਲੂਣ ਅਤੇ ਚੀਨੀ ਵਾਲੇ ਖੁਰਾਕੀ ਪਦਾਰਥਾਂ ਦੀ ਵਿਕਰੀ ਨੂੰ ਮਨਜ਼ੂਰੀ ਨਹੀਂ ਮਿਲੇਗੀ। ਕੇਂਦਰੀ ਮਹਿਲਾ ਤੇ ਬਾਲ ਵਿਕਾਸ ਵਿਭਾਗ ਨੇ ਕਮੇਟੀ ਬਣਾਈ ਸੀ। ਇਸ ਨੇ ਰਿਪੋਰਟ ਵਿੱਚ HFCC ਵਾਲੇ ਖੁਰਾਕੀ ਪਦਾਰਥਾਂ ਤੇ ਰੋਕ ਲਗਾਉਣ ਦੀ ਸਿਫਾਰਿਸ਼ ਕੀਤੀ ਸੀ। ਇਹਨਾਂ ਖੁਰਾਕੀ ਪਦਾਰਥਾਂ ਵਿੱਚ ਪੌਸ਼ਟਿਕ ਤੱਤਾਂ ਦੀ ਘਾਟ ਰਹਿੰਦੀ ਹੈ ਅਤੇ ਮੋਟਾਪਾ, ਦੰਦਾਂ ਦੀ ਖਰਾਬੀ ਤੇ ਡਾਇਬਟੀਜ਼ ਦਾ ਕਾਰਨ ਵੀ ਬਣਦੇ ਨੇ।